ਕਰੇ ਜਾਵਾਂਗੇ। ਹੋ ਮਾੜੇ ਉੱਤੇ ਕਦੇ ਵੀ ਨਾ ਹੱਥ ਚੱਕੀਏ, ਹੋ ਮਾੜੀ ਹੁੰਦੀ ਕਦੇ ਵੀ ਨਾ ਯਤ ਚੱਕੀਏ, ਹੋ ਮਾੜੇ ਉੱਤੇ ਕਦੇ ਵੀ ਨਾ ਹੱਥ ਚੱਕੀਏ, ਹੋ ਮਾੜੀ ਹੁੰਦੀ ਕਦੇ ਵੀ ਨਾ ਯਤ ਚੱਕੀਏ। ਉਹ ਦੱਸਦੀ ਏ ਸਾਨੂੰ ਗੁਰਬਾਣੀ ਇਹੋ ਜੀ, ਉਹ ਦੱਸਦੀ ਏ ਸਾਨੂੰ ਗੁਰਬਾਣੀ ਇਹੋ ਜੀ, ਆ ਮਨ ਨੀਵਾਂ ਰੱਖੀਏ ਤੇ ਮਤ ਚੱਕੀਏ। ਸੋ ਮਨ ਨੀਵਾਂ ਮਤ ਉੱਚੀ, ਇਹ ਬਾਬੇ ਨਾਨਕ ਨੇ ਕਿਹਾ ਜੀ। ਸੋ ਜੋ ਕੁਝ ਪਿਛਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਗੁਰਬਾਣੀ ਨਾਲ ਹੋਇਆ, ਰੱਬ ਕਰੇ ਇਹ ਚੀਜ਼ਾਂ ਦੁਬਾਰਾ ਨਾ ਹੋਣ। ਅਤੇ ਬਈ ਕਿਉਂਕਿ ਇਹ ਚੀਜ਼ਾਂ ਦਾ ਦੁੱਖ ਅਤੇ ਇਹ ਚੀਜ਼ਾਂ ਦਾ ਜਿਹੜਾ ਸਾਨੂੰ ਚੱਲਣਾ ਪੈਂਦਾ, ਉਹ ਹੌਲੀ ਹੌਲੀ ਕਿਤੇ ਨਾ ਕਿਤੇ ਆ ਕੇ ਸਾਡੇ ਸਾਹਮਣੇ ਜ਼ਰੂਰ ਆਉਣਗੀਆਂ, ਕਿਉਂਕਿ ਗੁਰੂ ਮਾਨਿਓ ਗ੍ਰੰਥ ਬਾਬਾ ਜੀ ਆਪਾਂ ਨੂੰ ਕਹਿ ਕੇ ਗਏ ਸੀ। ਸੋ ਜਿਨ੍ਹਾਂ ਦੀ ਅਸੀਂ ਬੇਅਦਬੀ ਕੀਤੀ ਆ ਅਤੇ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਆ ਇਸ ਚੀਜ਼ ਦੀ। ਜਿੱਥੇ ਜਿੱਥੇ ਸਟੇਜ 'ਤੇ ਜਾਂਦਾ ਮੈਂ ਜ਼ਰੂਰ ਬੋਲ ਕੇ ਜਾਂਦਾ, ਕਿਉਂਕਿ ਸਾਡੇ ਦਿਲ ਨੂੰ ਇਹ ਚੀਜ਼ਾਂ ਜ਼ਰੂਰ ਲੱਗੀਆਂ। ਉਹ ਗੱਲ ਸੁਣ ਲਓ ਸੋਲਾ ਨੇ, ਪਰਖੀ ਹੈ ਕੁੱਲ ਜ਼ਮਾਨੇ, ਉਹ ਗੱਲ ਸੁਣ ਲਓ ਸੋਲਾ ਨੇ, ਪਰਖੀ ਹੈ ਕੁੱਲ ਜ਼ਮਾਨੇ, ਉਹ ਲੱਗਦਾ ਏ ਤੀਰ ਨਿਸ਼ਾਨੇ, ਜਿਹੜਾ ਅੱਖ ਦੱਬਦਾ ਜੀ ਰੇੜੀ ਜੀ, ਮੁੱਢ ਤੋਂ ਹੀ ਬੈਰ ਰਿਹਾ ਏ ਅੱਧ ਦਾ ਤੇ ਰੱਬ ਦਾ ਜੀ, ਮੁੱਢ ਤੋਂ ਹੀ ਬੈਰ ਰਿਹਾ ਏ ਅੱਧ ਦਾ ਤੇ ਰੱਬ ਦਾ ਜੀ, ਮੁੱਢ ਤੋਂ ਹੀ ਬੈਰ ਰਿਹਾ ਏ। ਭਾਵੇਂ ਸੌ ਤਕਨੀਕਾਂ, ਆਪਣਾ ਇਤਿਹਾਸ ਨਾ ਭੁੱਲੋ, ਉਹ ਲੱਖ ਮਾਡਰਨ ਹੋ ਜਾਓ ਭਾਵੇਂ ਕਰਨੀ ਅਰਦਾਸ ਨਾ ਭੁੱਲੋ, ਉਹ ਬਣ ਗਿਆ ਹੈ ਜੈਲਦਾਰ ਤਾਂ, ਹਾਂ ਬਣ ਗਿਆ ਹੈ ਜੈਲਦਾਰ ਤਾਂ, ਮਸਲਾ ਅੱਜ ਪਕਦਾ ਜੀ ਮੁੜ ਤੋਂ ਹੀ ਬੈਰ ਰਿਹਾ ਏ ਅੱਖ ਬਹਾਦੇ ਰੱਬ ਦਾ ਜੀ, ਮੁੜ ਤੋਂ ਹੀ ਬੈਰ ਰਿਹਾ ਏ ਅੱਖ ਬਹਾਦੇ ਰੱਬ ਦਾ ਜੀ, ਮੁੜ ਤੋਂ ਹੀ ਬੈਰ ਰਿਹਾ ਏ। ਚੰਗਾ ਲੱਗਿਆ, ਤਾੜੀਆਂ ਜ਼ਰੂਰ ਮਾਰ ਦਿਓ ਕਿਉਂਕਿ ਇਹੀ ਆ ਸਾਡੇ ਕੋਲੇ। ਥੈਂਕ ਯੂ ਵੈਰੀ ਮੱਚ। ਹੋਨੀ ਆ ਬਾਈ ਦੇ ਨਾਂ ਤੇ ਤਾੜੀਆਂ ਜ਼ਰੂਰ ਮਾਰ ਦਿਓ ਬਾਈ, ਬਹੁਤ ਭੰਗੜਾ ਪਾ ਰਿਹਾ ਯਾਰ, ਥੈਂਕ ਯੂ। ਹੋਨੀ ਜੋ ਸ਼ਾਮ ਸਵੇਰੇ